अस्सलाम वालेकुम जी, मैं हाँ थोड़ा अपना होस्ट बाबा जी। और सुबह हो गई, असी निकल आए, तुहानू थोड़ी देर पहले दीदार कराए असी हज़रत मियाँ मीर साहिब के दरबार दे। और असी नाल दी नाल ही सानू कुछ लोग मिल रहे ने, लोगों नाल गल्लां बातां हो रही ने, सांझे पंजाब दीआं सांझीआं गल्लां हो रही ने, खास करके पंजाब दी पंजाबीयत दे बारे च। साडे कोल बजुर्ग ने जिन्हां दा नाम है शाह मुहम्मद, और इन्हां दा पिंड जिहड़ा है, पिंड दा नाम दोबारा दसो। भाणो की, भाणो की। और अपना जिहड़ा लागे शहर सी फगवाड़ा, फगवाड़ा। ते जिला जलंधर, जिला जलंधर सी तुहाडा, ठीक हो गया। ते मैनूं इह दसो कि उम्र सी जदों वंड दे विचों इधर आए हो? 14 साल दी तुहाडी उम्र सी। ते अपना उत्थे की कारोबार सी बजुर्गां दा? ਜ਼ਿਮੀਦਾਰਾਂ ਕਰਦਾ। ਕਿੰਨੀ ਜ਼ਮੀਨ ਸੀ ਆਪਣੀ? 12 ਕਿੱਲੇ। 12 ਕਿੱਲੇ ਸੀ। ਤੇ ਇੱਥੇ ਲਾਹੌਰ ਆ ਕੇ ਫਿਰ ਠਹਿਰੇ ਜਦੋਂ 47 ਵਿੱਚ? 47 ਵਿੱਚ ਕਿੱਥੇ ਆ ਕੇ ਠਹਿਰੇ? ਪਹਿਲੇ ਬਾਰਡਰ ਤੇ। ਅੱਛਾ, ਧਰਮਪੁਰੇ ਆਏ? ਧਰਮਪੁਰੇ ਆ ਕੇ ਠਹਿਰੇ, ਮੇਨ ਬਾਜ਼ਾਰ ਧਰਮਪੁਰਾ। ਤੇ ਮੈਨੂੰ ਇਹ ਦੱਸੋ ਕਿ ਉਹ 14 ਕਿੱਲਿਆਂ ਦੀ ਜਗ੍ਹਾ ਕਿੰਨੀ ਜ਼ਮੀਨ ਮਿਲੀ ਫਿਰ? ਉਹ ਜ਼ਮੀਨ ਮਿਲੀ ਆ, ਪੂਰੀ ਮਿਲੀ ਆ, ਤਕਸੀਮ ਹੋ ਗਈ। ਤਕਸੀਮ ਹੋ ਗਈ ਚਾਚਿਆਂ ਮਾਮਿਆਂ ਤਾਇਆਂ 'ਚ, ਜਿਸ ਤਰ੍ਹਾਂ ਵੰਡੀਆਂ ਜਾਂਦੀਆਂ ਨੇ ਅੱਗੇ ਭੈਣ ਭਰਾਵਾਂ 'ਚ, ਜਿੱਦਾਂ ਭੈਣ ਭਰਾਵਾਂ 'ਚ ਵੰਡੀਆਂ ਜਾਂਦੀਆਂ ਨੇ ਜ਼ਮੀਨਾਂ। ਠੀਕ ਹੈ ਜੀ। ਅਤੇ ਜਦੋਂ ਉੱਥੋਂ ਨਿਕਲੇ ਸੀ ਤਾਂ ਕੀ ਹੋਇਆ, ਦੱਸੋ ਜ਼ਰਾ ਤਫਸੀਲ ਨਾਲ। ਮੈਂ ਕਿਹਾ ਕਿ ਜਦੋਂ ਨਿਕਲੇ ਸੀ ਉੱਥੋਂ ਤਾਂ ਕੀ ਹੋਇਆ ਤੁਹਾਡੇ ਨਾਲ ਵੰਡ ਵੇਲੇ? ਸਾਡੇ ਨਾਲ ਯਾਰ ਕੁਛ ਵੀ ਨਹੀਂ ਹੋਇਆ। ਨਹੀਂ, ਕੀ ਸਾਡੇ ਦੇ ਜਿਹੜੇ ਹਨ ਬੰਦੇ ਸੀ ਇੱਦਾਂ ਦੇ, ਉਹਨੇ ਦਿਨ ਸੌ ਜਾਣਾ, ਰਾਤ ਨੂੰ ਸਾਡਾ ਪਹਿਰਾ ਦੇਣਾ ਸਾਡੇ ਘਰਾਂ ਦੇ ਉੱਤੇ, ਕੋਈ ਮੁਸਲਮਾਨ ਦਾ ਨੁਕਸਾਨ ਨਾ ਹੋ ਜਾਵੇ। ਡਾਕਟਰ ਸੀਗਾ ਨਿਰੰਜਨ ਸਿੰਘ। ਅੱਛਾ, ਡਾਕਟਰ ਉਹ ਸਾਡੇ ਟਰੱਕ ਮਨਜ਼ੂਰ ਕਰਾਏ, ਟਰੱਕ ਮੈਂ ਸਾਡਾ ਬੱਚਾ ਕੱਢ ਕੇ ਲਾਇਆ, ਬੱਲੇ 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 ਕੱਢ ਕੇ ਸੋਹਣੀ ਸੋਹਣੀ ਕਰ ਕੇ ਲਾਇਆ, ਸੋਹਣੀ ਵਿੱਚ ਲਾਇਆ। ਫਿਰ ਕਾਫਲੇ ਜਾ ਕੇ ਪਿੰਡ ਯਾਦ ਆਉਂਦਾ ਬਹੁਤ, ਮੁੜ ਕੇ ਫਿਰ ਨਕਸ਼ਾ ਸਾਹਮਣੇ ਆ। ਮੈਨੂੰ ਸਕੂਲ ਵੀ ਨਜ਼ਰ ਆਉਂਦਾ, ਮੈਨੂੰ ਗੁਰਦੁਆਰੇ ਵੀ ਨਜ਼ਰ ਆਉਂਦੇ ਆ, ਦੋ ਗੁਰਦੁਆਰੇ ਉੱਥੇ, ਇੱਕ ਇੱਧਰ ਇੱਕ ਇੱਧਰ। ਹਾਂ, ਰਾਤ ਹੁੰਦੀ ਸੀ ਅਸੀਂ ਪੜ੍ਹਦੇ ਸੀ, ਅਸੀਂ ਉੱਥੇ ਕੜਾਹ ਖਾਈਦਾ। ਸਕੂਲ ਦਾ ਨਾਂ ਕੀ ਸੀ? ਕਿਹਦਾ ਨਾਂ? ਸਕੂਲ ਦਾ, ਸਕੂਲ ਦਾ ਨਾਂ ਕੀ ਸੀ? ਸਕੂਲਾਂ, ਉਹ ਸਕੂਲ ਦਾ ਨਾਂ ਕੋਈ ਸੀ? ਅੱਛਾ, ਸਕੂਲ ਹੀ ਹੁੰਦਾ ਸੀ ਬਸ, ਪੰਜਵੀਂ ਤੱਕ। ਪੰਜਵੀਂ ਤੱਕ ਕੀ ਕਹਿੰਦੇ ਆ ਨੇ ਜੀ, ਉਹ ਮਿੱਟੀ ਦਾ ਪਿਤਲਾ ਮਿੱਟੀ ਨੂੰ ਰੋਂਦਾ, ਤੇ ਦੂਜਾ ਕਹਿੰਦੇ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ। ਤੇ ਮੈਂ ਇਹੀ ਕਹਾਂਗਾ ਕਿ ਇਹਨਾਂ ਦੀ ਆਟੇ ਦੀ ਚਿੜੀ ਜਿਹੜੀ ਹੈ ਉਹ ਸਮਿਆਂ ਦੇ ਕਾਗ ਖਾ ਗਏ। ਔਰ ਕਹਿੰਦੇ ਆ ਜੀ ਬਹੁਤ ਯਾਦ ਆਉਂਦਾ ਪਿੰਡ ਨੂੰ, ਉੱਡ ਕੇ ਜਾਣ ਨੂੰ ਵੀ ਦਿਲ ਕਰਦਾ ਕਿ ਉੱਡ ਕੇ ਪਹੁੰਚ। ਮੇਰਾ ਪਾਸਪੋਰਟ ਬਣਿਆ ਬਣਿਆ ਆ, ਮੁੜ ਕੇ ਜਾ ਨਹੀਂ ਹੋਇਆ ਕਦੀ ਵੀ 47 ਤੋਂ ਬਾਅਦ 'ਚ, ਕਦੀ ਨਹੀਂ ਜਾ ਸਕੇ 47 ਤੋਂ ਬਾਅਦ 'ਚ। ਯਾਦ ਆਉਂਦਾ ਮੈਂ ਆਪਣੇ ਪਿੰਡ ਦੇਖਿਆ, ਲਕਸ਼ਮਣ ਸਿੰਘ। ਹਾਂ ਜੀ, ਬੱਲੇ 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 ਬੱਲੇ। ਕਿੰਨੀ ਉਮਰ ਹੋ ਗਈ ਤੁਹਾਡੀ? ਤੁਹਾਡੀ ਕਿੰਨੀ ਉਮਰ ਆ ਹੁਣ? ਹੁਣ ਮੇਰੀ 85-86। ਬੱਲੇ ਜੀ ਬੱਲੇ, 85 ਸਾਲ ਉਮਰ ਹੈ। ਔਰ ਕਹਿੰਦੇ ਆ ਜੀ ਪਿੰਡ ਦਾ ਨਕਸ਼ਾ ਅੱਜ ਵੀ ਸਾਹਮਣੇ ਹੈ। ਹਾਂਜੀ, ਤੂੰ ਲੱਗਾ ਆ ਅੱਗੇ ਖੂਹ ਦੇ ਪਾਣੀ ਹੁੰਦੇ ਸੀ। ਘਰ ਕਿੱਡਾ ਵੱਡਾ ਸੀ ਤੁਹਾਡਾ? ਘਰ ਘਰ ਕਿਹੋ ਜਿਹਾ ਸੀ ਤੁਹਾਡਾ? ਮੈਨੂੰ ਆਪਣੇ ਘਰ ਦਾ ਪਤਾ। ਕਿਹੋ ਜਿਹਾ ਸੀ ਘਰ? ਘਰ ਪੱਕਾ ਪੱਕਾ ਘਰ, ਇੰਨੀ ਗਲੀ ਸਿੱਧੀ ਜਾਂਦੀ। ਮੇਰਾ ਘਰ ਸੀ ਪੈਰਾ ਸਿੰਘ ਦੇ ਨਾਲ, ਕੁਰਾਨ ਦੇ ਵਿੱਚ ਹਦੀਸਾਂ ਲਿਖੀਆਂ ਹੋਈਆਂ, ਸਾਰੀਆਂ ਹਦੀਸਾਂ ਪਹਿਲੇ ਲਿਖ ਚੁੱਕੇ ਆ ਸਾਡੇ ਹਜ਼ੂਰ ਪਾਕ ਲਿਖੀਆਂ, ਕਿ ਦੁਨੀਆਂ ਚੜ੍ਹਦੇ ਚੜ੍ਹਦੇ ਬਹਿੰਦੇ ਜਾਊਗੀ।
ਪੂਰੀ ਹੋ ਗਈ। ਪੀਰ ਬਾਰੇ ਸ਼ਹਿਰਾਂ ਨੇ ਲਿਖਿਆ ਆ ਜੀ ਜੀ, ਔਰ ਬਾਰਾ ਵਕਤ ਪਹਿਲੇ ਲਿਖਿਆ ਆ ਪੀਰ ਬਾਰੇ ਸ਼ਹਿਰਾਂ, ਜਿਹੜੀ ਗੱਲਬਾਤ ਸਾਹਮਣੇ ਆ ਜਾਂਦੀ ਸੀ ਐਡੀ ਕਿਤਾਬ ਆ ਲਿਖੀ ਗਏ ਆ, ਆਉਣ ਵਾਲਾ ਵਕਤ ਸਾਰਾ ਲਿਖਿਆ ਆ, ਜੋ ਹੋਣਾ ਉਹ ਵੀ ਲਿਖਿਆ ਆ। ਬਾਬੇ ਨਾਨਕ ਬਾਰੇ ਗੱਲ ਕਰ ਰਹੇ ਸੀ ਤੁਸੀਂ, ਬਾਬਾ ਗੁਰੂ ਨਾਨਕ ਬਾਰੇ? ਉਹ ਕੋਈ ਟਾਈਮ ਮੰਗਦਾ। ਅੱਛਾ, ਥੋੜਾ ਬਹੁਤ, ਥੋੜਾ ਥੋੜੀ ਜਿਹੀ ਗੱਲ ਕਰ ਦਿਓ, ਥੋੜੀ ਜਿਹੀ ਕਹਿੰਦੇ ਗੱਲ ਸੁਣਾ ਦਿਓ ਉਹਨਾਂ ਦੇ ਬਾਰੇ। ਅੱਛਾ, ਬਚਪਨ ਦੀ ਗੱਲ ਆਪਣੀ ਸੁਣਾਓ, ਬਚਪਨ ਦੀ, ਜਦੋਂ ਕਹਿੰਦੇ ਕਿ ਜਦੋਂ ਕੜਾਹ ਪ੍ਰਸ਼ਾਦ ਖਾਂਦੇ ਸੀ, ਜਦੋਂ ਕੜਾਹ ਪ੍ਰਸ਼ਾਦ ਖਾਂਦੇ ਸੀ। ਅਸੀਂ ਸਕੂਲ ਦੇ ਪੜ੍ਹਦੇ ਹੁੰਦੇ ਸੀ, ਉੱਥੇ ਹਲਵੇ ਪੱਕਣੇ। ਅੱਛਾ, ਸਾਡੇ ਕੜਾਹ ਪ੍ਰਸ਼ਾਦ ਨੂੰ ਹਲਵਾ ਹੀ ਕਹਿੰਦੇ ਆ। ਹਲਵੇ ਅਸੀਂ ਐਦਾਂ ਘੁੱਟ ਕੱਬਲ ਚ ਤੇਜ ਹੋਣਾ, ਉਹ ਹਲਵੇ ਮਿਲਦੇ ਨੀ ਹੁਣ, ਉਹ ਖੁਰਾਕਾਂ ਨੀ ਮਿਲਦੀ ਆ, ਬੰਦੇ ਮਰ ਗਏ ਉਦੋਂ, ਬੰਦੇ ਤਕੜੇ ਏਦਾਂ ਉਦੋਂ ਬੰਦੇ ਤਕੜੇ ਸੀ, ਡਾਕਟਰ ਕੋਲ ਨੀ ਜਾਂਦੇ ਸੀਗੇ, ਉਹ ਸੱਜਣ ਦੇਖੋ ਹੀ ਬਿਮਾਰ, ਦੇ ਦੇਖੋ ਹੀ ਬਿਮਾਰ। ਸਹੀ ਗੱਲ, ਉਦੋਂ ਚੀਜ਼ਾਂ ਸਹੀ ਦੱਸਦੀਆਂ ਖਾਣ ਦੀਆਂ। ਮਿਹਰਬਾਨੀ ਸ਼ੁਏਬ ਰਾਣਾ, ਬੱਚੇ ਤੇਰਾ ਨਾਲ ਨਾਲ ਬੋਲਿਆ ਨਹੀਂ ਜਾਂਦਾ, ਇਸ ਵਾਸਤੇ ਕਿ ਜਦੋਂ ਕਿਸੇ ਨਾਲ ਗੱਲ ਕਰਨੇ ਆ ਸੀ ਉਹਨਾਂ ਦੀ ਸੁਣਦੇ ਹਾਂ, ਅਤੇ ਇਸ ਵਾਸਤੇ ਮੈਂ ਜਵਾਬ ਨਹੀਂ ਦੇ ਰਿਹਾ, ਲੇਕਿਨ ਬਹੁਤ ਸ਼ੁਕਰੀਆ ਤਮਾਮ ਸਰੋਤਿਆਂ ਦਾ ਜਿਹੜੇ ਇਸ ਵੇਲੇ ਵਾਚ ਕਰ ਰਹੇ ਆ, ਅਤੇ ਨਾਲ ਦੀ ਨਾਲ ਹੈ ਦੇਖੋ ਸਾਂਝੀਵਾਲਤਾ ਦਾ ਪਿਆਰ ਜਿਹੜਾ ਉਹ ਮੂੰਹੋਂ ਬੋਲਦਾ ਪਿਆ ਹੈ, ਉਹਨਾਂ ਦਾ ਇੱਕ ਇੱਕ ਗੱਲ ਦੱਸ ਰਿਹਾ ਜੀ। ਗੁਰੂ ਨਾਨਕ ਸਾਹਿਬ ਨਾ ਤੁਹਾਡੇ ਹੱਥ ਹੈ ਨਾ ਸਾਡੇ ਹੱਥ ਹੈ, ਕਿੱਦਾਂ ਫੜੀਏ ਉਹਨਾਂ ਨੂੰ, ਕਿੱਦਾਂ ਕਿੱਦਾਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਹੱਥ ਲਿਆਈਏ? ਉਹ ਤੁਹਾਡੇ ਕੋਲ ਹੀ ਆ। ਅੱਛਾ ਹਾਂਜੀ, ਅੰਦਰ ਦਾ ਸ਼ੀਸ਼ਾ ਜਿਹੜਾ ਇਨਸਾਫ ਰੱਖੋ, ਬੱਲੇ ਬੱਲੇ ਬੱਲੇ, ਅੰਦਰ ਦੇ ਸ਼ੀਸ਼ੇ ਦੀ ਗੱਲ ਵਾ। ਅੱਛਾ ਜੀ, ਉਹ ਤੁਹਾਡੇ ਵਿੱਚ ਵਸਦਾ, ਇਹ ਤੁਹਾਡੇ ਵਿੱਚ ਹੀ ਆ ਸਭ ਕੁਝ। ਅੱਛਾ ਜੀ, ਮਸਜਿਦ ਵਿੱਚ ਆ, ਗੁਰਦੁਆਰਾ ਵਿੱਚ ਹੀ ਆ, ਮੰਦਰ ਵਿੱਚ ਆ, ਰੱਬ ਵਿੱਚ ਹੀ ਆ ਰਹਿੰਦਾ ਹਰ ਵੇਲੇ। ਬਿਲਕੁਲ ਸਹੀ ਹੈ ਜੀ, ਇਹਦੇ ਵਿੱਚ ਹੀ ਆ, ਇਹ ਜਿਹਨੂੰ ਟੋਲਦਾ ਉਹਨੂੰ ਲੱਭਦਾ ਵੀ ਹੈਗਾ, ਇਹਦੇ ਕੋਲੇ ਹੀ ਆ। ਬਾਬਾ ਜੀ ਕਹਿ ਰਹੇ ਨੇ ਕਿ ਰੱਬ ਤੇਰੇ ਅੰਦਰ ਵਸਦਾ, ਭਾਵੇਂ ਤੂੰ ਜਿੱਥੇ ਵੀ ਜਾਣਾ ਰੱਬ ਤੇਰੇ ਅੰਦਰ ਹੈ, ਤੂੰ ਲੱਭਣਾ ਹੈ ਤੇ ਆਪਣੇ ਅੰਦਰ ਲੱਭ ਰੱਬ ਨੂੰ। ਠੀਕ ਹੈ ਜੀ, ਚਾਹੇ ਤੂੰ ਮਸਜਿਦ ਜਾ, ਚਾਹੇ ਤੂੰ ਗੁਰਦੁਆਰੇ ਜਾ, ਚਾਹੇ ਤੂੰ ਮੰਦਰ ਜਾ, ਰੱਬ ਤਾਂ ਤੇਰੇ ਅੰਦਰ ਹੈ, ਲੱਭ ਲੈ, ਲੱਭ ਲੈ, ਟੋਲ ਲਾ। ਬਾਬਾ ਜੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਵਾ, ਗੱਲ ਕਰਦੇ ਹਾਂ। ਬਚਪਨ ਤੋਂ ਬਚਪਨ ਬਚਪਨ ਹੈ ਜੀ, 85 ਸਾਲ ਦੀ ਕਹਿੰਦੇ ਉਮਰ ਹੈ, 14 ਸਾਲ ਦੇ ਕਹਿੰਦੇ ਆਏ ਸੀਗੇ, 70 ਸਾਲ ਹੋ ਗਏ ਹਾਂਜੀ, 85 ਸਾਲ, ਔਰ ਇੱਕੋ ਹੀ ਤੜਫ ਉਦੋਂ ਦੀ ਆ ਕਿ ਮੈਂ ਆਪਣੇ ਪਿੰਡ ਜਾਵਾਂ, ਪਿੰਡ ਜਾਵਾਂ, 70 ਪੂਰੇ ਹੋ ਗਏ ਆ, ਵੰਡ ਨੂੰ 71 ਪੂਰੇ ਹੋ ਗਏ, ਉਹਨਾਂ ਨੇ ਤੇ ਇੱਕ ਇੱਕ ਦਿਨ ਗਿਣਿਆ ਹੈ, ਇੱਕ ਇੱਕ ਦਿਨ ਗਿਣਿਆ ਹੈ। ਮੈਂ ਉਮਰ ਦੀ ਗੱਲ ਕਰ ਰਿਹਾ, ਵੰਡ ਦੀ ਗੱਲ ਕਰ ਰਹੇ ਨੇ, ਇਹ ਬਾਲ ਮਾਲ ਚਾਰਦੇ ਸੀਗੇ ਮੱਝਾਂ, ਹਾਂਜੀ ਮੱਝਾਂ ਚਾਰਦੇ ਪਿਆਦੇ ਸੌਗਾ, ਹਾਂਜੀ ਬਾਬਾ ਜੀ ਰੋ ਰਹੇ ਆ, ਉਹ ਜਿਹੜੀ ਫਸਲ ਦੇ ਜੀਵੀਦਾਰ ਸਾਰੀ ਖਾਲੀ ਹੋ ਗਈ, ਹਾਂਜੀ ਗੁਰਦੁਆਰਾ ਮਾਲ ਜੀ ਸਾਹਿਬ ਦੀ ਗੱਲ ਸੁਣਾ ਰਹੇ ਆ ਜੀ, ਬਾਪ ਦੇ ਕੋਲ ਗਏ ਬਚਪਨ ਤੋਂ ਬਚਪਨ, ਕਹੇ ਜੀ ਤੁਹਾਡਾ ਨਾਨਕ ਡੰਗਰ ਚਾਰਦਾ, ਤੁਹਾਡਾ ਮਾਲ ਫਲਕ ਹੈ, ਆਓ ਵੀ ਦਿਖਾਓ ਮੈਨੂੰ ਕਿੱਥੇ ਆ, ਕਿੱਥੇ ਖਾਧੀ ਆ, ਉਹ ਜਦੋਂ ਦੇਖਣ ਲੱਗੇ ਫਸਲ ਅੱਗੇ ਨੂੰ ਵੀ ਜ਼ਿਆਦਾ ਹੋਈ, ਅੱਗੇ ਨੂੰ ਵੀ ਜ਼ਿਆਦਾ ਹੋਈ, ਨਾਨਕ ਜੀ ਦੀ ਗੱਲ ਸੁਣਾ ਰਹੇ ਨੇ, ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਆ ਬੜੀਆਂ ਡੂੰਘੀਆਂ ਲੱਗਦੀਆਂ ਆ, ਨਾਨਕੇ ਵੀ ਜਿਹੜਾ ਆਪਣੇ ਨਾਨਕਿਆਂ ਦੇ ਕਹਿੰਦੇ ਏਦਾਂ ਕਰੋ, ਆਹ ਕਣਕ ਜੋਖਦੇ ਹੋ ਵਪਾਰੀਆਂ ਨੂੰ ਸੁਲਤਾਨ ਪੰਡੋਦੀ, ਅੱਛਾ ਜੀ ਬੈਠਕ ਭਰੀ ਹੋਈ ਕਣਕ ਦੀ, ਉਹ ਜਿਹੜਾ ਅਸੀਂ ਕੁਮਾਰ ਉਹ ਬੋਰੀ ਅੱਗੇ ਕੀਤੀ, ਆਪ ਸਰਕਾਰ ਇੱਕ ਦੋ ਤਿੰਨ ਕਰ ਕੇ 13 ਕਹੇ ਆ, 13 ਕਹੇ ਆ, 13 ਹੀ 13 ਕਹੇ ਗਏ, 13 ਹੀ 13 ਕਹੇ ਆ, ਲੋਕ ਬੰਦੇ ਏਦਾਂ ਦੇ, ਇਹ ਗੁਰੂ ਨਾਨਕ ਸਾਹਿਬ ਨੇ ਸਾਡੀ ਕਣਕ ਸਾਰੀ ਦੇਤੀ ਆ, ਅੱਛਾ ਦੇਖਦੇ ਜਾ ਕੇ ਅੰਦਰ ਜਾ ਕੇ ਦੇਖਿਆ ਅੰਦਰ ਉਦਾਂ ਭਰਿਆ ਆ, ਮੈਂ 13 ਹੀ 13, 13 ਹੀ 13, 13 ਦੇ ਉੱਤੇ ਹੋਏ ਨੀ ਕੁਝ, ਨਹੀਂ ਮੇਰਾ ਤੇ ਸਭ ਕੁਛ ਹੈ ਤੇਰਾ,
ਕਬੀਰ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਹੈ ਤੇਰਾ ਤੁਝ ਤੇ ਸੌਂਪ ਤੇ ਕਿਆ ਲਾਗੇ ਮੇਰਾ ਬਦਲਾ ਸਾਹਿਬ ਗੁੱਸਾ ਵੀ ਕਰਨਾ ਸਾਰਾ ਸਾਡਾ ਪੇ ਕੋਈ ਆ ਤੁਹਾਡਾ ਵੀ ਸਾਡਾ ਪੇ ਕੋਈ ਦੁਨੀਆਂ ਦੇ ਉੱਤੇ ਸਾਡਾ ਮਾਂ ਵੀ ਕੋਈ ਆ ਸਾਡਾ ਪੇ ਵੀ ਕੋਈ ਆ ਸਾਡਾ ਪੇ ਵੀ ਕੋਈ ਆ ਫਰਕ ਪੈ ਫਰਕ ਪੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਨੂਰ ਤਾਂ ਸਾਡਾ ਹਜ਼ੂਰ ਦਾ ਹੀ ਆ ਹਾਂਜੀ ਨੂਰ ਤਾਂ ਸਾਡਾ ਹਜ਼ੂਰ ਪਾਕ ਦਾ ਆ ਸਹੀ ਗੱਲ ਪਹਿਲੇ ਕੀ ਹਜ਼ੂਰ ਪਾਕ ਦਾ ਬਾਬੇ ਆਦਮ ਤੋਂ ਪਹਿਲੇ ਸੀਗਾ ਬਾਬੇ ਦੇ ਆਦਮ ਤੋਂ ਪਹਿਲੇ ਨੂਰ ਸੀਗਾ ਤੇ ਯਾਦ ਕੀਤਾ ਗਿਆ ਬਿਲਕੁਲ ਸਾਨੂੰ ਤਾਂ ਸਿੱਧਾ ਕਰਦੇ ਉਹ ਕਦਾ ਨਹੀਂ ਕਰਦੇ ਹਾਂਜੀ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਸੀ ਖੋਰੇ ਸੱਚ 47 ਦੇ ਤੇ ਬਾਬਾ ਜੀ ਆਪਣੀ ਪ੍ਰੇਮ ਕਹਾਣੀ ਸੁਣਾ ਰਹੇ ਸੀ ਕਿ ਕਿਸ ਤਰੀਕੇ ਨਾਲ ਆਏ ਔਰ ਕਿੱਦਾਂ ਸਾਰਾ ਔਰ ਅੱਖਾਂ ਭਿੱਜੀ ਜਾ ਰਹੀਆਂ ਰੋਈ ਜਾ ਰਿਹਾ ਮਤ ਕਰੋ ਆਦਮ ਖੜਾ ਨਹੀਂ ਉਹ ਕਹਿੰਦਾ ਤੇਰੇ ਵਿੱਚੇ ਹੀ ਆ ਸਭ ਕੁਛ ਤੇਰੇ ਵਿੱਚੇ ਹੀ ਆ ਤੂੰ ਟੋਲ ਦਾ ਲੱਭਣਾ ਤਾ ਸਭ ਕਿਛ ਘਰ ਮੈਂ ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਜਿਹੜਾ ਬਾਹਰੋਂ ਲੱਭਣ ਦਿਆ ਉਹ ਭਰਮ ਭੁਲੇਖੇ ਚ ਪੈ ਗਿਆ ਸਾਰਾ ਕੁਛ ਘਰ ਚ ਹੀ ਆ ਘਰ ਦਾ ਮਤਲਬ ਸਰੀਰ ਆਪਣੇ ਆਪ ਚੀਜ਼ ਜੋ ਤੁਸੀਂ ਕਿਹਾ ਕਿ ਆਪਣੇ ਅੰਦਰੋਂ ਹੀ ਸਭ ਕੁਛ ਲੱਭਦਾ ਇਹਦੇ ਵਿੱਚ ਹੀ ਆ ਹਾਂ ਉਹ ਵੀ ਇਹੀ ਕਹਿ ਰਹੇ ਆ ਕਿ ਅੰਦਰ ਹੀ ਹੈ ਸਾਰਾ ਕੁਛ ਲੱਭ ਲਾ ਅੰਦਰ ਹੀ ਹੈ ਬੱਲੇ 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 ਦੁਬਾਰਾ ਬੋਲਿਓ ਜਰਾ ਆੜਾ ਆੜਾ ਕੋਈ ਅਲੱਬੇ ਕਹਿੰਦਾ ਕੋਈ ਊੜਾ ਆੜਾ ਸੱਚਾ ਗੱਗਾ ਨੰਨਾ ਕਹਿੰਦਾ ਹਾਂਜੀ ਇਹ ਆ ਗੁਰਮੁਖੀ ਆ ਉੱਠੋ ਜੀ ਬਹੁਤ ਖੁਸ਼ੀ ਹੋਈ ਬਾਬਾ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਮੈਂ ਤਾਂ ਤੁਹਾਨੂੰ ਖੁਸ਼ ਕਰ ਮੈਂ ਤੁਹਾਨੂੰ ਰਾਜੀ ਆ ਖੁਸ਼ ਮਿਲ ਕੇ ਵਾਹ ਵਾਹ ਜੀ ਤੁਹਾਨੂੰ ਪਿਆਰ ਦਿੰਦਾ ਅੱਛਾ ਜੀ ਮੈਂ ਤਾਂ ਬਹੁਤ ਬਹੁਤ ਪਿਆਰ ਕਰਦਾ ਤੁਹਾਨੂੰ ਕਾਹਦੀ ਧੰਨਵਾਦ ਤੁਹਾਡਾ ਮੈਂ ਤੁਹਾਡਾ ਤਾਂ ਨਹੀਂ ਵਾਅਦਾ ਕਰ ਸਕਦਾ ਪਰ ਮੈਂ ਤੁਹਾਡੇ ਪਿੰਡ ਦਾ ਮੈਨੂੰ ਪਤਾ ਨੋਟ ਹੋ ਗਿਆ ਤੁਹਾਡੇ ਪਿੰਡ ਮੈਂ ਜਾ ਕੇ ਆਊਂਗਾ ਜਿਹੜੇ ਬੰਦੇ ਤੁਸੀਂ ਦੱਸੇ ਆ ਨਾ ਉਹ ਰਿਕਾਰਡ ਹੋ ਗਏ ਇਹਦੇ ਵਿੱਚ ਬੰਦਿਆਂ ਦੇ ਨਾਂ ਜੇ ਹੋਇਆ ਕੋਈ ਉਹਨਾਂ ਚੋਂ ਆਪਾਂ ਨੂੰ ਪਤਾ ਨਹੀਂ ਨਾ ਤੇ ਮੈਂ ਤੁਹਾਡਾ ਸੁਨੇਹਾ ਜ਼ਰੂਰ ਮਨਾਊਂਗਾ ਅੱਜ ਦਿਨ ਬੜਾ ਭਾਗੀ ਆਇਆ ਅੱਜ ਦਿਨ ਬੜਾ ਭਾਗੀ ਆਇਆ ਕੰਨ ਮੀਆਂ ਮੀਰ ਸਾਹਿਬ ਨਾਲ ਸਰਦਾਰ ਸਿੰਘ ਬੁਲਾਇਆ ਵਾਹ ਕਿਆ ਬਾਤ ਹੈ ਜਨਾਬ ਕਿਆ ਬਾਤ ਹੈ ਜੀ ਲਓ ਜੀ ਸਰਕਾਰ ਦੇ ਕਬੂਤਰ ਫਿਰਦੇ ਆ ਜੀ ਦਰਗਾਹ ਹਜ਼ਰਤ ਮੀਆਂ ਮੀਰ ਰੱਬ ਰੱਖਾ ਜੀ